ਬਠਿੰਡਾ ਦੇ ਭਾਗੂ ਰੋਡ 'ਤੇ ਬੁਟੀਕ ਦਾ ਕੰਮ ਕਰਦੀ ਔਰਤ ਦੇ ਗਲੇ ਦੇ ਵਿੱਚੋਂ ਚੇਨੀ ਲਾ ਕੇ ਭੱਜਣ ਦੀ ਕੀਤੀ ਕੋਸ਼ਿਸ਼ ਤਾਂ ਚੜ੍ਹ ਗਏ ਲੋਕਾਂ ਦੇ ਹੱਥ, ਕੀਤਾ ਖੂਬ ਕਟਾਪਾ ਅਤੇ ਮੌਕੇ 'ਤੇ ਪਹੁੰਚੀ ਪੁਲਿਸ। ਇਹਨਾਂ ਨੂੰ ਕਰਵਾਇਆ ਗਿਆ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ। ਪੁਲਿਸ ਪਾਰਟੀ ਨੇ ਕਿਹਾ ਇਹਨਾਂ 'ਤੇ ਕੀਤੀ ਜਾਵੇਗੀ ਬਣਦੀ ਕਾਰਵਾਈ। ਦੇਖ ਲਓ ਤਸਵੀਰਾਂ, ਵੱਡੀ ਗਿਣਤੀ ਜਿੱਥੇ ਪੁਲਿਸ ਫੋਰਸ ਪਹੁੰਚੀ ਹੋਈ ਹੈ, ਕਿਉਂਕਿ ਬਠਿੰਡਾ ਦੇ ਭਾਗੂ ਰੋਡ 'ਤੇ ਇੱਕ ਔਰਤ ਜੋ ਬੁਟੀਕ ਦਾ ਕੰਮ ਕਰਦੀ ਹੈ ਤਾਂ ਦੋ ਵਿਅਕਤੀ ਆਏ ਅਤੇ ਉਹਨਾਂ ਨੇ ਪਹਿਲਾਂ ਕਿਸੇ ਦਾ ਨਾਮ ਪੁੱਛ ਕੇ ਸੂਟ ਦੀ ਮੰਗ ਕੀਤੀ, ਨਾਮ ਦੱਸ ਕੇ, ਅਤੇ ਉਸ ਤੋਂ ਬਾਅਦ ਜਦ ਉਸ ਨੇ ਇਸ ਨੂੰ ਸਹੀ ਨਹੀਂ ਸਮਝਿਆ ਤਾਂ ਥੋੜ੍ਹੀ ਦੇਰ ਬਾਅਦ ਇਹਨਾਂ ਵਿਅਕਤੀਆਂ ਨੇ ਉਸ ਔਰਤ ਦੇ ਗਲੇ ਦੇ ਵਿੱਚ ਹੱਥ ਪਾ ਕੇ ਉਹਦੀ ਚੇਨੀ ਖੋਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਔਰਤ ਨੇ ਵੀ ਇਸ ਵਿਅਕਤੀ ਦਾ ਗਲਾ ਫੜ ਲਿਆ ਅਤੇ ਉਸ ਤੋਂ ਬਾਅਦ ਉਸਨੇ ਜਦ ਰੌਲਾ ਪਾਇਆ ਤਾਂ ਲੋਕ ਉੱਥੇ ਇਕੱਠੇ ਹੋਏ ਅਤੇ ਇਹਨਾਂ ਦਾ ਖੂਬ ਕਟਾਪਾ ਕੀਤਾ ਗਿਆ। ਦੇਖ ਲਓ ਤਸਵੀਰਾਂ ਬਠਿੰਡਾ ਦੇ ਭਾਗੂ ਰੋਡ ਦੀਆਂ, ਜਿੱਥੇ ਮੌਕੇ 'ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਅਤੇ ਇਸ ਮੌਕੇ ਕਚਹਿਰੀ ਚੌਂਕੀ ਦੇ ਇੰਚਾਰਜ ਹਸਪਤਾਲ ਵਿਖੇ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਨੂੰ ਥੋੜ੍ਹੀ ਦੇਰ ਬਾਅਦ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ, ਕਿਉਂਕਿ ਉਹ ਇੱਥੇ ਮੌਕੇ 'ਤੇ ਆਏ ਹੋਏ ਹਨ ਅਤੇ ਹੁਣ ਇਹਨਾਂ ਦਾ ਇਲਾਜ ਇੱਕ ਵਾਰੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਕਚਹਿਰੀ ਚੌਂਕੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਉਸ ਔਰਤ ਨੂੰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਉਸਦੇ ਬਿਆਨ ਦੇ ਆਧਾਰ 'ਤੇ ਇਹਨਾਂ ਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰ ਸਾਹਿਬ ਸਿੰਘ ਇਹਨਾਂ ਨੂੰ ਆਪਣੀ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ। ਕੀ ਗੱਲ ਕੀ ਹੋ ਗਈ ਜੀ? ਕੁਛ ਨਹੀਂ ਬੀਟੀ, ਸੂਟ ਮੰਗ ਰਹੇ ਸੀ ਕਸਟਮਰ, ਤਾਂ ਕਹਿੰਦੇ ਮਨਜੀਤ ਕੌਰ ਦਾ ਸੂਟ ਦੇ ਦਿਓ। ਮਨਜੀਤ ਕੌਰ ਮੇਰੇ ਕੋਲ ਕਸਟਮਰ ਹੀ ਹੈ ਨਹੀਂ ਸੀ ਅਤੇ ਮੈਂ ਸੂਟ ਕਿੱਥੋਂ ਦੇ ਦਾਂ? ਮੈਂ ਕਿਹਾ ਕਿਹੜਾ ਜੀ? ਕਹਿੰਦੇ ਮਨਜੀਤ ਕੌਰ ਦਾ। ਮੈਂ ਕਿਹਾ ਮਨਜੀਤ ਕੌਰ? ਮੈਂ ਮੁੜ ਕੇ ਚੁੱਪ ਜੇ ਕਰ ਗਈ। ਫਿਰ ਇਹਨੇ ਆਪਦੀ ਯਾਨੀ ਵਿਸ਼ਵਾਸ ਦਿਵਾਉਣ ਦੇ ਬਾਰੇ ਦੂਜੇ ਨੂੰ ਪੁੱਛਿਆ ਜਿਹੜਾ ਥੱਲੇ ਖੜਾ ਸੀ, ਕਹਿੰਦਾ ਮਨਜੀਤ ਕੌਰ ਦੇ ਸੀ? ਉਹ ਕਹਿੰਦਾ ਹਾਂ ਹਾਂ ਮਨਜੀਤ ਕੌਰ ਦਾ। ਇੰਨੇ 'ਚ ਮੇਰਾ ਹੱਥ ਵਾਲਿਆ ਗਲ ਵਿੱਚ, ਮੈਂ ਕਿਹਾ ਮਨਜੀਤ ਕੌਰ ਦਾ? ਮੈਂ ਦੂਜੀ ਵਾਰ ਫਿਰ। ਕਿੰਨੇ ਜਾਣੇ ਸੀਗੇ? ਦੋ ਜਾਣੇ ਸੀਗੇ, ਇੱਕ ਜਣਾ ਮੁੜ ਕੇ ਉਤਰੇ ਨਹੀਂ, ਇੱਕ ਜਣਾ ਉਸ ਤੋਂ ਬਾਅਦ ਕੀ ਹੋਇਆ ਫਿਰ? ਬਸ ਫੜ ਲਿਆ ਮੇਰਾ ਗਲਾ, ਹੱਥ ਵਾਲੇ ਦਾ, ਮੈਂ ਵੀ ਉਹਦੇ ਗਲੇ ਦਾ ਹੱਥ ਵਾਲਿਆ। ਬਸ ਤੁਸੀਂ ਫੜਿਆ ਸੀਗਾ ਉਹਨਾਂ ਨੂੰ? ਪੱਗ ਰੋਡ ਦੇ ਕੋਰਨਰ ਤੇ ਜਿੱਥੇ ਆਪਣਾ ਸੋਫਟਵੇਅਰ ਚੌਂਕ ਬੰਦਾ, ਉੱਥੇ ਦੋ ਲੜਕੇ ਪਏ ਆ। ਅਸੀਂ ਜਾ ਕੇ ਉੱਥੇ ਮੌਕੇ ਤੇ ਦੇਖਿਆ ਸਨੈਚਰ ਸੀਗੇ ਇਹ, ਉਹਦੇ ਉੱਥੇ ਇਹਨਾਂ ਮੌਕੇ ਤੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਸਿਵਲ ਹਸਪਤਾਲ ਲੈ ਕੇ ਆਏ ਪੁਲਿਸ ਆਨ ਦਾ ਸਪੋਰਟ ਸੀਗੀ, ਨਾਲ ਹੀ ਪੁਲਿਸ ਆਈ, ਸਾਡੇ ਸਿਵਲ ਹਸਪਤਾਲ ਐਡਮਿਟ ਕਰਾਤੇ। ਦੋਨੋਂ ਵਿਅਕਤੀਆਂ ਦੀਆਂ ਸੱਟਾਂ ਹੈਗੀਆਂ ਮਾੜੀਆਂ। ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ? ਮੈਂ ਏਸੀ ਕਸ਼ਮੀਰ ਸਿੰਘ ਇੰਚਾਰਜ, ਜੋ ਕਿ ਕਚਹਿਰੀ ਲੱਗਿਆ ਹੋਇਆ। ਅੱਜ ਸ਼ਾਮ ਨੂੰ ਤਕਰੀਬਨ ਪੌਣਾ ਘੰਟਾ ਫੋਨ ਆਇਆ ਸੀਗੇ ਕਰਕੇ, ਭਾਗੂ ਰੋਡ 'ਤੇ ਕੋਈ ਲੋਕ ਮੁੰਡੇ ਹੈ, ਉਹ ਚੈਨ ਸਨੈਚ ਕਰਦੇ ਸੀ। ਉੱਥੇ ਚੈਨ ਸਨੈਚ ਕਰਦੇ ਸੀ ਲੇਡੀ ਦੀ, ਅਤੇ ਲੋਕਾਂ ਨੇ ਉੱਥੇ ਨਾਲ ਦੇ ਮੌਕੇ 'ਤੇ ਫੜ ਲਏ ਸੀ ਅਤੇ ਇਹਨਾਂ ਨੂੰ ਬਹੁਤ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਇਲ ਹੈ, ਮੈਡੀਕਲ ਅਫਸਰ ਸਿਵਲ ਹਸਪਤਾਲ ਬਠਿੰਡਾ। ਸਾਡੇ ਕੋਲ ਜੀ ਦੋ ਵਿਅਕਤੀ ਲਿਆਂਦੇ ਗਏ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ, ਨਾਲ ਪੁਲਿਸ ਮੁਲਾਜ਼ਮ ਆਏ ਜੀ। ਇੱਕ ਦੇ ਉਹਨਾਂ ਵਿੱਚ ਇੱਕ ਦੇ ਸਿਰ ਦੀ ਸੱਟ ਹੈ ਅਤੇ ਇੱਕ ਦੇ ਕੁਛ ਪਿੱਠ ਵਗੈਰਾ 'ਚ ਦਰਦ ਹੈ। ਦੋਨਾਂ ਦਾ ਇਲਾਜ ਸਿਵਲ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ। ਕੀ ਲੱਗਦਾ ਸਰ, ਕਿਸ ਤਰ੍ਹਾਂ ਇਹ ਨਹੀਂ ਹਾਲਤ ਉਹਨਾਂ ਦੀ? ਠੀਕ ਹੈ ਜੀ, ਅਤੇ ਬਾਕੀ ਇਲਾਜ ਅਧੀਨ ਹੈਗੇ ਜੀ।